न्यूमेरिकल है थोड़ा एट उन्हें डिफाइन अपने की तरह कि अपने को तीन मासेस जिधर तीन वर्टेक्स देते पे या ठीक है जी ए बी एंड सी मासेस हर वर्टेक्स से सेम वैल्यू दवा और जिधर सेंट्रोइड ऑफ ट्रायंगल होएगा जिधर सेंट्रोइड ऑफ ट्रायंगल बनेगा उस स्थान पे जिधर मास आएगा उसी वैल्यू में कहता जी 2m गिवन है इना क्लियर है पहले यस सर सेंट्रोइड उन्होंने तीन बार डिफाइन किया ठीक है अपने क्वेश्चन के अकॉर्डिंगली AG की लेंथ BG तो लेंथ और CG लेंथ 1 मीटर के बना यानी सेंट्रोइड का सीधा सीधा डिस्टेंस हमें वर्टेक्स तो देता हुआ है बेटा उन्होंने क्या बोला कि भी एसएच सेंट्रोइड के टोटल फोर्स कड़ो कितनी है यानी आ वाला जे इथे मास 2m पे आ ते इधर पे फोर्स कड़नी है इस मास पे फोर्स लगानी कितने जेड़ा ए ते मास पे आ उन्हें फोर्स लगाई ओदा नाम आपा एफ ए रख देने जेड़ी बी मास ने फोर्स लगानी एफ बी आ दी और ए दी फोर्स मेरे को एफ सी डिफाइंड हो जाऊ क्लियर है गल यस सर और क्वेश्चन जी आप एफ ए एफ बी एफ सी है ना तिना दी वैल्यू कढ़िए बेटा ते तिना दी ग्रेविटेशनल फोर्स वास्ते जेडे मासेस वर्टेक्स ते ओ भी सेम जेड़ा सेंट्रोइड ते मास ओ भी सेम इन जे मैं वैल्यू लिखा ते आ जानी जी इनटू एम इनटू 2m ओवर आर स्क्वायर ਤੇ ਆਰ ਐਸ ਵੇਲੇ ਤੁਸੀਂ ਸੈਂਟ੍ਰੋਇਡ ਦਾ ਕਿਸੇ ਵੀ ਵਰਟੈਕਸ ਤੋਂ ਡਿਸਟੈਂਸ ਲੈਣੇ ਪਏ ਤੇ ਤਿੰਨੇ ਵਾਸਤੇ ਡਿਸਟੈਂਸ ਸੇਮ ਆ ਇਸ ਲਈ ਆਰ ਵੀ ਸੇਮ ਆ ਥੇਰਫੋਰ ਆ ਤਿੰਨੇ ਫੋਰਸਿਸ ਦੀ ਵੈਲਿਊ ਮੇਰੇ ਕੋਲ ਆਪਸ ਚ ਸੇਮ ਹੋਏਗੀ ਇਨਾ ਕਲੀਅਰ ਆ ਪਹਿਲੋਂ ਯੈਸ ਸਰ ਯੈਸ ਹੁਣ ਤਿੰਨਾਂ ਫੋਰਸਿਸ ਦਾ ਜਦੋਂ ਅਸੀਂ ਰਿਜ਼ਲਟੈਂਟ ਕੱਢਣਾ ਸੀ ਕਿ ਅਸੀਂ ਪਹਿਲਾਂ ਦੋ ਦਾ ਰਿਜ਼ਲਟੈਂਟ ਕੱਢ ਦਿਓ ਆਪਾਂ ਜੇ FB ਤੇ FC ਦਾ ਰਿਜ਼ਲਟੈਂਟ ਕੱਢ ਦਈਏ ਤੇ ਇਹ ਦੋਨੋਂ ਵੈਕਟਰ ਇਸ ਪੁਆਇੰਟ ਤੇ ਟੇਲ ਟੂ ਟੇਲ ਜੁੜਦੇ ਯੈਸ ਸਰ So we complete the parallelogram दियो, ठीक है जी, जिधर parallelogram complete कराएगा, उस parallelogram का जिधर diagonal होएगा, वो इन्हें दी resultant force F dash बन जो, F B F C, yes, दो forces ले रहे हैं, जिधर दो forces F B ते F C ले रहे हैं, जे इन्हें दो दा पहले resultant काट लीजिए, इन्हें दो दा resultant का diagonal of parallelogram ते आ जाएगा Yes sir. Yes sir. Yes sir. Calculate कर लिया अपने को formula से का जी केरा we know that F dash equal to अपनी दो forces जेरिया उधर ही formula लगा लो R वाला F B square plus F C square plus 2 F B F C into cos of 120 degree ये चीज अगेन भी explain की थी ये दोनों जे R angle हमारे तो equilateral दे अंदर आ पूरा angle 60 या ਇਧਰੋਂ ਵੀ ਪੂਰਾ ਐਂਗਲ 60 ਆ ਤੇ ਆ ਬਾਈਸੈਕਟਰ ਕਰਕੇ ਆ ਐਂਗਲ 30 ਆ ਜਾਏਗਾ ਠੀਕ ਹੈ ਜੀ ਇਧਰ ਵੀ ਐਂਗਲ ਮੇਰਾ ਆ ਬਾਈਸੈਕਟਰ ਕਰਕੇ 30 ਆ ਜਾਏਗਾ ਤੇ ਫਿਰ ਇਸ ਪੋਜੀਸ਼ਨ ਤੇ ਜਿਹੜਾ ਐਂਗਲ ਹੋਏਗਾ ਉਹ ਮੇਰਾ 120 ਯੈਸ ਸਰ ਹੁਣ ਕੋਸ 120 ਡਿਗਰੀ ਦੀ ਵੈਲਿਊ ਕੋਸ 120 ਡਿਗਰੀ -1/2 -1/2 ਯਾਨੀ ਮਾਈਨਸ ਕੋਸ 60 ਵਾਲੀ ਇਵਨ ਇਹਦੀ ਵੈਲਿਊ -1/2 ਇਹਨੂੰ ਤੇ ਯੂਜ਼ ਕਰਾਂਗੇ ਤੇ ਆਪਣਾ ਐਫ ਡੈਸ਼ ਕੈਲਕੂਲੇਟ ਕਰ ਲਓ ਤੇ ਦੇਖੋ ਐਫ ਡੈਸ਼ ਦੀ ਵੈਲਿਊ ਆ ਜਾਏਗੀ ਔਰ ਇੱਥੇ ਐਫ ਬੀ ਤੇ ਐਫ ਸੀ ਅਸੀਂ ਉੱਪਰ ਦੱਸਿਆ ਦੋਨੋਂ ਸੇਮ ਹੈਗੇ ਆ ਇਸ ਲਈ ਜੇ ਇਹਨੂੰ ਐਫ ਸੀ ਨੂੰ ਵੀ ਐਫ ਬੀ ਲਿਖ ਕੇ ਲਿਖ ਲਵਾਂ ਤੇ ਆਪਣੀ ਟਰਮ ਬਣ ਜਾਏਗੀ 2 ਐਫ ਬੀ ਸਕੁਅਰ ਪਲੱਸ 2 ਐਫ ਬੀ ਸਕੁਅਰ ਐਫ ਬੀ ਇਨਟੂ ਐਫ ਸੀ ਐਫ ਬੀ ਸਕੁਅਰ ਆ ਜੂ cos 60 ਦੀ ਵੈਲਿਊ -1/2 ਤੇ ਆ ਜੇ ਐਸ ਸੋਲ ਕਰ ਲੋ ਤੇ ਐਫ ਡੈਸ਼ ਦੀ ਵੈਲਿਊ ਬਣ ਗਈ 2 ਐਫ ਬੀ ਸਕੁਅਰ ਮਾਈਨਸ ਐਫ ਬੀ ਸਕੁਅਰ ਠੀਕ ਹੈ ਜੀ 2 ਨਾਲ 2 ਕੈਨਸਲ ਹੋ ਜਾਣਾ ਔਰ ਐਫ ਬੀ ਸਕੁਅਰ ਦੇ ਵਿੱਚੋਂ 2 ਐਫ ਬੀ ਸਕੁਅਰ ਦੇ ਵਿੱਚੋਂ ਐਫ ਬੀ ਸਕੁਅਰ ਮਾਈਨਸ ਕਰੀਏ ਤੇ ਆਪਣੀ ਰਿਜ਼ਲਟੈਂਟ ਵੈਲਿਊ ਐਫ ਬੀ ਦਾ ਸਕੁਅਰ ਬਚੇਗੀ ਯਾਨੀ ਐਫ ਬੀ ਰਹਿ ਜੂ ਕੀ ਇੰਨੀ ਗੱਲ ਸਮਝ ਆਈ ਯੈਸ ਸਰ ਯੈਸ ਸਰ ਕਿਸੇ ਨੂੰ ਇੱਥੇ ਤੱਕ ਦੇ ਕਿਸੇ ਦਾ ਡਾਊਟ ਹੈ ਕਿ ਕਲੀਅਰ ਆ ਯਾਰ ਐਸਾ ਸਾਰਿਆਂ ਨੂੰ ਕਲੀਅਰ ਹੋ ਬੇਟਾ ਇੱਥੇ ਤੱਕ ਦੇ ਸਟੈਪਸ ਜਿਹੜੇ ਯੈਸ ਯੈਸ ਸਰ ਹੁਣ ਲਾਸਟ ਆਪਣੇ ਕੋਲ ਕੀ ਰਹਿ ਗਿਆ ਐਫ ਬੀ ਤੇ ਐਫ ਸੀ ਦਾ ਰਿਜ਼ਲਟੈਂਟ ਐਫ ਡੈਸ਼ ਆ ਔਰ ਐਫ ਡੈਸ਼ ਦੀ ਵੈਲਿਊ ਆਪਣੀ ਜਿਹੜੀ ਐਫ ਬੀ ਆ ਗਈ ਇੱਕ ਪੈਂਡਿੰਗ ਫੋਰਸ ਐਫ ਏ ਹਜੇ ਪਈ ਆ ਯਾਨੀ ਐਫ ਏ ਤੇ ਐਫ ਡੈਸ਼ ਹੁਣ ਇਹ ਦੋਨੋਂ ਇੱਕ ਦੂਜੇ ਦੇ ਕੀ ਨੇ ਆਪੋਜ਼ਿਟ ਆਪੋਜ਼ਿਟ ਉੱਤੇ ਪਾਸੇ ਦੇਖੋ ਤੇ ਐਫ ਏ ਦੀ ਵੈਲਿਊ ਵੀ ਐਫ ਬੀ ਦੇ ਬਰਾਬਰ ਆ ਐਫ ਡੈਸ਼ ਦੀ ਵੈਲਿਊ ਵੀ ਐਫ ਬੀ ਦੇ ਬਰਾਬਰ ਆ
ਇਹਦਾ ਮਤਲਬ ਆ ਐਫ ਏ ਤੇ ਐਫ ਡੈਸ਼ ਦੋਨਾਂ ਦੀ ਵੈਲਿਊ ਐਫ ਬੀ ਐਫ ਬੀ ਦੇ ਬਰਾਬਰ ਹੈ ਜੀ ਯੈਸ ਸਰ ਇਹ ਆਪਸ ਵਿੱਚ ਇਕਵਲ ਹੋ ਯੈਸ ਤੇ ਮੈਂ ਪੁੱਛਣਾ ਜੇ ਮੈਂ ਇੱਥੇ ਐਫ ਡੈਸ਼ ਕੈਲਕੂਲੇਟ ਕੀਤਾ ਤੇ ਐਫ ਡੈਸ਼ ਦੀ ਵੈਲਿਊ ਸੋਲਵ ਕਰਕੇ ਆਪਣੀ ਐਫ ਬੀ ਬਣੀ ਆ ਹੁਣ ਜਿਹੜਾ ਆ ਐਫ ਡੈਸ਼ ਆਇਆ ਤੇ ਜਿਹੜਾ ਐਫ ਏ ਉੱਪਰ ਪਿਆ ਵਾ ਇਹ ਦੋਨੋਂ ਇੱਕ ਦੂਜੇ ਦੇ ਕਹਿੰਦਾ ਜੀ ਇਕੁਅਲ ਤੇ ਆਪੋਜ਼ਿਟ ਆ ਜੂ ਕਿਉਂਕਿ ਐਫ ਏ ਨੂੰ ਵੀ ਆਪਾਂ ਐਫ ਬੀ ਦਾ ਬਰਾਬਰ ਕਿਹਾ ਐਫ ਡੈਸ਼ ਦੀ ਵੈਲਿਊ ਵੀ ਐਫ ਬੀ ਦੇ ਬਰਾਬਰ ਆਈ ਤੇ ਹੁਣ ਜੇ ਇੱਥੇ ਲਿਖ ਦਈਏ ਤੇ ਆਪਣੇ ਕੋਲ ਕੀ ਆ ਜਾਏਗਾ ਕਲੀਅਰ ਐਫ ਡੈਸ਼ ਐਂਡ ਐਫ ਏ ਠੀਕ ਹੈ ਐਫ ਡੈਸ਼ ਐਂਡ ਐਫ ਏ ਬੋਥ ਇਕੁਅਲ ਬੋਥ ਇਕੁਅਲ ਐਂਡ ਆਪੋਜ਼ਿਟ ਦੋਨੋਂ ਦੀ ਦੋਨੋਂ ਵੈਲਿਊਜ਼ ਆਪਸ ਵਿੱਚ ਇਕੁਅਲ ਵੀ ਆ ਤੇ ਆਪੋਜ਼ਿਟ ਵੀ ਆ ਤੇ ਜੇ ਦੋਨੋਂ ਇਕੁਅਲ ਐਂਡ ਆਪੋਜ਼ਿਟ ਆ ਤਾਂ ਰਿਜ਼ਲਟੈਂਟ ਕੀ ਰਹਿ ਜਾਏਗਾ 0 0 ਆ ਜੂ 0 ਰਿਜ਼ਲਟੈਂਟ ਫੋਰਸ ਸੋ ਰਿਜ਼ਲਟੈਂਟ ਫੋਰਸ ਔਨ G ਇਜ਼ G 0 ਸੋ G ਪੁਆਇੰਟ ਦੇ ਉੱਤੇ ਜਿਹੜੀ ਰਿਜ਼ਲਟੈਂਟ ਫੋਰਸ ਉਹ ਆਪਣੇ ਕੋਲ 0 ਆ ਜਾਏਗੀ ਕਿਆ ਪਹਿਲਾ ਪਾਰਟ ਕਲੀਅਰ ਆ ਯੈਸ ਸਰ ਜਿਹੜੇ ਨੋਟ ਜਿਹੜੇ ਨੋਟ ਕਰਦੇ ਪਏ ਬਾਅਦ ਚੋਂ ਕਰੀਓ ਇੱਕ ਮਿੰਟ ਸਮਝ ਲਓ ਉਹਨੇ ਹੁਣ ਕੁਐਸਚਨ ਦੇ ਸੈਕੰਡ ਪਾਰਟ ਚ ਕੀ ਕਿਹਾ ਵਾ ਉਹਨੇ ਕੁਐਸਚਨ ਦੇ ਸੈਕੰਡ ਪਾਰਟ ਕਿਹਾ ਕਿ ਜੇ A ਵਾਲੇ ਵਰਟੈਕਸ ਤੇ ਮਾਸ m ਦੀ ਥਾਂ ਤੇ 2m ਕਰ ਲਵਾਂ ਫਿਰ ਮੇਰੇ ਕੋਲ ਐਸ ਐਚ ਇਸ ਸੈਂਟਰੋਇਡ ਦੇ ਉੱਤੇ ਫੋਰਸ ਫੇਰ ਕੱਢੋ ਤੇ ਬੇਟਾ ਇੱਕ ਫਰਕ ਹੋਏਗਾ FB FC ਤਾਂ ਹੁਣ ਵੀ ਇਕੁਅਲ ਆਣੇ ਆ ਪਰ FA ਦੀ ਵੈਲਿਊ ਇਹਦੇ ਨਾਲੋਂ ਡਬਲ ਆਣੀ ਹੈ ਕਿ ਆ ਗੱਲ ਸਮਝ ਲੱਗੀ ਜੋ ਬੋਲੀ ਮੈਂ ਜੀ ਸਰ ਯੈਸ ਸਰ ਯੈਸ ਜੇ ਆਪਾਂ ਸੈਕੰਡ ਪਾਰਟ ਕਰੀਏ ਇਸ ਕੁਐਸਚਨ ਦਾ ਸੈਕੰਡ ਪਾਰਟ ਦੇ ਅੰਦਰ ਉਹਨੇ A ਵਾਲੇ ਪੁਆਇੰਟ ਤੇ ਜਿਹੜਾ ਮਾਸ ਆ ਉਹ 2m ਕਰ ਲਿਆ ਤੇ ਜੇ A ਵਾਲਾ ਮਾਸ 2m ਹੋ ਗਿਆ ਤੇ ਫਿਰ ਇਹ ਮਨ m ਦੀ ਥਾਂ ਤੇ ਇੱਥੇ ਉਦੋਂ 2m ਆਣਾ ਤੇ ਜੇ 2m ਆਣਾ ਤੇ ਇਹ ਮਨ ਜਿੰਨੀ ਆ ਵੈਲਿਊ ਹੋਏਗੀ ਇਹਦੇ ਤੋਂ ਡਬਲ ਫੋਰਸ ਆ ਜੂ ਜੀ ਸਰ ਮੈਂ ਦੁਬਾਰਾ ਲਿਖ ਰਿਹਾ ਜੇ ਮੈਂ FA ਦੀ ਵੈਲਿਊ ਸੈਕੰਡ ਕੰਡੀਸ਼ਨ ਚ ਦੁਬਾਰਾ ਲਿਖਣਾ ਜਦੋਂ ਇੱਥੇ ਮਾਸ 2m ਲਿਖ ਕੇ ਚੱਲਾਂਗੇ ਬੇਟਾ ਤੇ ਉਹਦੀ ਵੈਲਿਊ ਬਣ ਗਈ g m1 m2 ਓਵਰ ਕਿੰਨਾ ਜੀ r ਸਕੁਅਰ ਤੇ ਜੇ ਇਸ ਸਾਰੀ ਵੈਲਿਊ ਨੂੰ ਮੈਂ ਧਿਆਨ ਦਵਾਂ ਤੇ ਮੇਰੇ ਕੋਲ ਕੀ ਆ ਗਿਆ 2 ਟਾਈਮਸ ਦਾ g m into 2 m ਓਵਰ r ਸਕੁਅਰ ਲਿਖ ਸਕਦਾ ਯੈਸ ਤੇ ਜੇ ਆ g m into 2 m ਓਵਰ r ਸਕੁਅਰ ਨੂੰ ਪੜਾ ਇਹ ਵੈਲਿਊ ਮੇਰੀ ਸਾਰੇ ਦੀ ਸਾਰੀ fb ਸੀਗੀ ਇਹਦਾ ਮਤਲਬ ਇਹ ਚੀਜ਼ ਹੋ ਗਈ ਕਿ ਜਿਹੜਾ ਹੁਣ ਐਫ ਏ ਦੀ ਵੈਲਿਊ ਆਈ ਹੈ ਸੈਕਿੰਡ ਕੇਸ ਦੇ ਅੰਦਰ ਇਹ ਐਫ ਏ ਦੀ ਵੈਲਿਊ ਜਿਹੜੀ ਆ ਆਪਣੇ ਕੋਲ ਥੇਅਰਫੋਰ ਐਫ ਏ ਜਿਹੜਾ ਹੋਏਗਾ ਇਹ 2 ਟਾਈਮ ਆਫ ਐਫ ਬੀ ਆ ਜੂ ਯੈਸ ਸਰ ਇਹਨਾਂ ਦੀ ਜਦੋਂ ਮੈਂ ਦੁਬਾਰਾ ਆਪਾਂ ਫਿਰ ਇਹ ਨੰਬਰਿਕਲ ਸੋਲਵ ਕਰਾਂਗੇ ਸੈਕਿੰਡ ਪਾਰਟ ਵਾਸਤੇ ਜਦੋਂ ਦੁਬਾਰਾ ਨੰਬਰਿਕਲ ਸੋਲਵ ਕਰਾਂਗੇ ਆ ਚੀਜ਼ ਤੇ ਇਦਾਂ ਹੀ ਬਣਨੀ ਆ ਕਿ ਐਫ ਬੀ ਤੇ ਐਫ ਸੀ ਦਾ ਰਿਜ਼ਲਟੈਂਟ ਜਿਹੜਾ ਉਹ ਐਫ ਬੀ ਦੇ ਬਰਾਬਰ ਫੇਰ ਆਇਆ ਪਰ ਹੁਣ ਜਦੋਂ ਫਿਰ ਫਾਈਨਲ ਰਿਜ਼ਲਟੈਂਟ ਕੱਢੋਗੇ ਇਸ ਕੇਸ ਦੇ ਅੰਦਰ ਹੁਣ ਦੋ ਫੋਰਸਿਸ ਜਿਹੜੀਆਂ ਆਈਆਂ ਗੱਲ ਧਿਆਨ ਨਾਲ ਸਮਝਿਓ ਬੇਟਾ ਜਿਹੜੀਆਂ ਦੋ ਫੋਰਸਿਸ ਆਈਆਂ ਐਫ ਡੈਸ਼ ਤੇ ਨਵਾਂ ਐਫ ਏ ਐਫ ਡੈਸ਼ ਤੇ ਜਿਹੜਾ ਆ ਨਵਾਂ ਐਫ ਏ ਆ ਹੁਣ ਇਹ ਦੋਨੋਂ ਆਪਸ ਵਿੱਚ ਇਕੁਅਲ ਨਹੀਂ ਹੈਗੇ ਆਪੋਜ਼ਿਟ ਤੇ ਹੈਗੇ ਆ ਪਰ ਇਕੁਅਲ ਨਹੀਂ ਹੈਗੇ ਹੁਣ ਐਫ ਏ ਦੀ ਵੈਲਿਊ 2 ਐਫ ਬੀ ਆ ਤੇ ਐਫ ਡੈਸ਼ ਦੀ ਵੈਲਿਊ ਐਫ ਬੀ ਆ ਇਹ ਮਤ ਜਿਹੜੀ ਰਿਜ਼ਲਟੈਂਟ ਫੋਰਸ ਹੋਏਗੀ ਇਹਨਾਂ ਦੋਨਾਂ ਨੂੰ ਮਾਈਨਸ ਕਰਕੇ ਆਊਗੀ ਜਿਹੜੀ ਐਫ ਬੀ ਦੇ ਬਰਾਬਰ ਆਈ ਆ ਪਰ ਜਿਹੜਾ ਮੇਰਾ ਐਫ ਏ ਆਇਆ ਨਵੇਂ ਕੇਸ ਚੋਂ 2 ਐਫ ਬੀ ਆਇਆ ਇਹਦਾ ਮਤਲਬ ਐਫ ਏ ਦੀ ਵੈਲਿਊ 2 ਐਫ ਬੀ ਐਫ ਡੈਸ਼ ਦੀ ਵੈਲਿਊ ਐਫ ਬੀ ਅੱਗੇ ਇਹ ਦੋਨੋਂ ਬਰਾਬਰ ਆਈਆਂ ਸੀ ਪਰ ਹੁਣ ਐਸ ਐਚ ਜਿਹੜਾ ਐਫ ਏ ਆ ਉਹ 2 ਐਫ ਬੀ ਆ ਤੇ ਜਦਕਿ ਐਫ ਡੈਸ਼ ਦੀ ਵੈਲਿਊ ਮੇਰੀ ਐਫ ਬੀ ਆ ਤੇ ਹੁਣ ਆ ਦੋਨੋਂ ਆਪਸ ਵਿੱਚ ਇਕੁਅਲ ਤਾਂ ਨਹੀਂ ਆਉਗੀਆਂ ਨੋ ਸਰ ਇਹਦਾ ਮਤਲਬ ਸਰ ਤੇ ਜਿਹੜਾ ਵਾ ਉਹ ਐਫ ਡੈਸ਼ ਨਾਲੋਂ ਜ਼ਿਆਦਾ ਆਊਗਾ ਯੈਸ ਸਰ ਯਾਨੀ ਜੇ ਇਸੇ ਕੰਡੀਸ਼ਨ ਆਪਾਂ ਇਦਾਂ ਕਰੀਏ ਜੇ ਇਸੇ ਕੰਡੀਸ਼ਨ ਨੂੰ ਆਪਾਂ ਇਦਾਂ ਬਣਾ ਲਈਏ ਨਾਓ ਐਫ ਏ ਐਂਡ ਐਫ ਬੀ ਐਫ ਡੈਸ਼ FA and F dash ਠੀਕ ਹੈ ਜੀ ਆਰ ਇਨ ਆਪੋਜ਼ਿਟ ਡਾਇਰੈਕਸ਼ਨ ਆਪਾਂ ਕੋ ਤਾਂ ਕਿਤੇ ਨਹੀਂ ਕਿਹਾ ਕਿ ਵੀ ਇਹ ਇਕੁਅਲ ਹੀ ਆ ਆਪਾਂ ਇਹ ਕਹਿ ਰਹੇ ਕਿ ਦੋਨੋਂ ਇੱਕ ਦੂਜੇ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਹੈਗੇ ਆ ਤੇ ਥੇਅਰਫੋਰ ਨੈਟ ਫੋਰਸ ਔਨ G ਤੇ ਜੇ ਮੈਂ ਹੁਣ G ਤੇ ਨੈਟ ਫੋਰਸ ਕੱਢਣੀ ਆ ਤੇ ਨੈਟ ਫੋਰਸ ਦੀ ਵੈਲਿਊ ਨੂੰ ਆਪਾਂ F ਡਬਲ ਡੈਸ਼ ਲਿਖ ਦਿੰਦੇ ਹਾਂ ਜਿਹਦੀ ਵੈਲਿਊ ਕੀ ਆ ਜਾਏਗੀ FA - F ਡੈਸ਼ ਕਿ ਆ ਗੱਲ ਸਮਝ ਲੱਗੀ
यस सर यस ਤੁਹਾਡੇ ਕੋ ਦੋ ਫੋਰਸਿਸ ਆਈਆਂ ਪਹਿਲੋ ਵੀ ਦੋ ਹੀ ਆਈਆਂ ਸੀ ਪਹਿਲੋ ਇਹ ਸੀਗਾ ਐਫ ਏ ਤੇ ਐਫ ਡੈਸ਼ ਇਸ ਕੇਸ ਚ ਬਰਾਬਰ ਆਏ ਸੀ ਇਸ ਲਈ ਜਦੋਂ ਐਫ ਏ ਤੇ ਐਫ ਡੈਸ਼ ਨੂੰ ਮਾਈਨਸ ਕੀਤਾ ਦੋਨੇ ਐਫ ਬੀ ਐਫ ਪੀ ਦੇ ਬਰਾਬਰ ਸੀ ਇਸ ਲਈ ਨੈਟ ਜ਼ੀਰੋ ਬਣਿਆ ਪਰ ਹੁਣ ਇਸ ਕੇਸ ਦੇ ਅੰਦਰ ਐਫ ਏ ਤੇ ਐਫ ਡੈਸ਼ ਹੁਣ ਵੀ ਓਪੋਜ਼ਿਟ ਆ ਪਰ ਬਰਾਬਰ ਨਹੀਂ ਹੈਗੇ ਇਹਨਾਂ ਦੋਨਾਂ ਵਿੱਚੋਂ ਐਫ ਏ ਦੀ ਵੈਲਿਊ 2 ਐਫ ਬੀ ਆ ਤੇ ਐਫ ਡੈਸ਼ ਦੀ ਵੈਲਿਊ ਵਾਲੀ ਉਹ ਐਫ ਬੀ ਆ ਇਹਦਾ ਮਤਲਬ ਜਦੋਂ ਮਾਈਨਸ ਕਰਾਂਗਾ ਰਿਜ਼ਲਟ ਜ਼ੀਰੋ ਤਾਂ ਨਹੀਂ ਆਏਗਾ ਨੋ ਸਰ ਨੋ ਸਰ ਨੋ ਸਰ ਇਥੇ ਨੂੰ ਫਿਰ ਡਿਫਾਈਨ ਕਰ ਦੋ ਤਾਂ देयर फॉर ਐਫ ਡਬਲ ਡੈਸ਼ ਦੀ ਵੈਲਿਊ ਕੀ ਆ ਗਈ 2 ਐਫ ਬੀ ਮਾਈਨਸ ਐਫ ਬੀ ਇਕੁਅਲ ਟੂ ਐਫ ਬੀ ਪਰ ਐਫ ਬੀ ਜਿਹੜੇ ਤੇ ਕੱਢੀ ਪਈ ਹੈ ਯਾਨੀ ਆਹੀ ਮੇਰੀ ਵੈਲਿਊ ਜਿਹੜੀ ਹੈ ਰਿਜ਼ਲਟਨ ਦੇ ਬਰਾਬਰ ਹੋਏਗੀ g ਇਨਟੂ m ਇਨਟੂ 2 m ਓਵਰ r ਸਕੁਅਰ ਯਾਨੀ ਆ ਮੇਰੀ ਰਿਜ਼ਲਟਨ ਫੋਰਸ ਬਚਣੀ ਆ ਕਿ ਇੰਨੀ ਗੱਲ ਸਮਝ ਆਈ Yes, sir. Yes, sir. First part ਆਪਾਂ ਅੱਗੇ ਵੀ ਕੀਤਾ ਸੀਗਾ ਠੀਕ ਹੈ ਮੈਂ ਸਿਰਫ ਉਹਨੂੰ ਰੀਕਾਲ ਕਰਾਇਆ ਵਾ ਸੈਕਿੰਡ ਪਾਰਟ ਆਪਣਾ ਜਿਹੜਾ ਐਡ ਹੋਇਆ ਕਿ ਇਹਨਾਂ ਪਾਰਟ ਕਲੀਅਰ ਆ ਹਾਂਜੀ ਸਰ ਯੈਸ ਸਰ ਯੈਸ ਸਰ ਯੈਸ ਸਰ ਕਰੋ ਕੰਪਲੀਟ ਜਲਦੀ ਕਰ ਲੈ ਸਰ ਹੋ ਗਿਆ ਜੀ ਯੈਸ ਸਰ ਯੈਸ ਸਰ ਯੈਸ ਸਰ ਤੁਹਾਡਾ ਟੈਸਟ ਯੈਸ ਸਰ ਚਲਣਾ ਤੁਹਾਡਾ ਟੈਸਟ ਕਿਹੜਾ ਤੇ ਕਿਸ ਦੇ ਨਾਲ ਸਰ 2A2C ਨੂੰ 2A2C ਦੇ ਨੂੰ ਮੰਡੇ ਨੂੰ ਕਿਦਨ ਗਿਆ ਮੰਡੇ ਨੂੰ ਠੀਕ ਹੈ ਜੀ ਔਰ ਸੁਣੋ ਗੱਲ ਧਿਆਨ ਨਾਲ ਉਹਦੇ ਵਿੱਚੋਂ 2A ਵਾਲੇ ਚੈਪਟਰ ਦੇ ਵਿੱਚੋਂ ਸਿਰਫ ਰੈਲੇਟਿਵ ਵੈਲੋਸਿਟੀ ਵਾਲਾ ਟੌਪਿਕ ਕਰਨਾ ਹੋਰ ਕੁਝ ਨਹੀਂ ਕਰਨਾ ਤੁਸੀਂ ਬਾਕੀ ਟੌਪਿਕ ਉਹਦੇ ਡਿਲੀਟ ਕਰਦੇ ਆ ਉਹਨਾਂ ਨੇ ਠੀਕ ਹੈ ਤੇ ਬਟ ਉਹ ਆਪਾਂ ਹਜੇ ਟੈਸਟ ਵਿੱਚ ਇਨਕਲੂਡ ਨਹੀਂ ਕਰਾਂਗੇ ਬਟ ਉਹ ਟੌਪਿਕ ਜਰਨਲ ਹੈਗੇ ਜਿਹਦਾ ਅੱਗੇ ਤੁਹਾਨੂੰ ਕਿਹਾ ਸੀ ਪੜਨ ਨੂੰ ਉਹ ਪੜ ਕੇ ਜ਼ਰੂਰ ਰੱਖ ਲੈਣੇ ਆ ਉਹਦੀ ਲੋੜ ਕਿਤੇ ਨਾ ਕਿਤੇ ਅੱਗੇ ਜਾ ਕੇ ਪੈਂਦੀ ਰਹਿਣੀ ਟੈਸਟ ਦੇ ਰੈਫਰੈਂਸ ਫਰੇਮ ਵਾਲੇ ਸਰ ਹਾਂ ਰੈਫਰੈਂਸ ਫਰੇਮ ਵਾਲਾ ਸਾਰਾ ਹਾਂ ਬਤ ਉਹ ਸਾਰਾ ਹੀ ਕੱਟ ਦਿੱਤਾ ਉਹਨਾਂ ਨੇ ਤੁਹਾਡੇ ਹੁਣ ਸਿਰਫ ਉਸ 2A ਚੋਂ ਰੈਲੇਟਿਵ ਵੈਲੋਸਿਟੀ ਵਾਲਾ ਟੌਪਿਕ ਰਹਿ ਗਿਆ ਜਿਹੜਾ ਆਪਾਂ ਕੀਤਾ ਹੋਇਆ ਵਾ ਅਦਰਵਾਇਜ਼